सत श्री अकाल जी, मैं संदीप हूँ पहुंचा करनपुर च। करनपुर क्षेत्र च गुड़ बड़ा निकलता है क्योंकि इतने गन्ने की जोड़े किसान खेती करते उन्होंने एक अड्ड पाइपलाइन लगी होंगी, यानी कि पानी गौरमेंट उन्होंने एक्सट्रा दें या सुगर मिल एक्सट्रा दें। इस करके इतने गन्ने की खेती बथेरी होंगी है भाई, और ऑर्गेनिक खेती करते हैं, इस करके आप गुड़ लेना है आप घर वास्ते, जड़ा मैं अज नाल लेके चलूँगा। इतने इस करके आए क्योंकि भाई और प्योर ऑर्गेनिक कर रहे हैं, पिछले 2-3 सालों मैं यूज़ भी कर रहा, गुड़ लेके भी जा रहा, पर हर बार जो भी आया एक घुलाड़ा बंद होता सी, इस करके आप वीडियो नहीं बना पाए। तो इस की आप वीडियो भी बनाते हैं नाले घुलाड़ा भी दिखाते भाई। सारे पहले तो मेरे दर्शकों को तुम आपका एड्रेस दसो तो अपने नाँ दसो भी तुम जी लोकेशन है वो की लोकेशन है, जे कोई बंदा अपने को इतने आना चाहता है। मान लो मैं तो चल आ गया, मैंने पता सी क्योंकि मेरे को नंबर से इस करके, जेडे बंदे को नंबर नहीं होंगे उन्होंने बहुत दिक्कत होंगी है। तो सब तो पहले तुम आपका ना एड्रेस और नंबर ही दस दो। मेरा नाम है जी बलदीप सिंह। ठीक है, एड्रैस है साडा पिंड है 17 ओ तहसील करनपुर जिला गंगानगर। ये जी सा जमीन पैंदी ना करनपुर तो केसी सिंहपुर रोड के उत्ते है जी, वो रोड से साडा पिंड है जी। ठीक है, ठीक है जी। उत्ते जमीन दे विच आपा कोल्लू ला रखे, कोल्लू ला रखे जी। मोबाइल नंबर होर दस दो, रेट है ਵੇਖੋ ਜੀ, ਅਸੀਂ ਰੇਟ ਉਸ ਹਿਸਾਬ ਨਾਲ ਰੱਖਿਆ ਵੀ ਨਾ ਜ਼ਿਆਦਾ ਕਿਸੇ ਨੂੰ ਮਹਿਸੂਸ ਹੋਵੇ। ਠੀਕ ਹੈ, ਅਤੇ ਕੁਆਲਿਟੀ ਵਧੀਆ ਦੇਈਏ ਵੀ, ਹੁਣ ਇਹ ਤਾਂ ਹੈ ਨਹੀਂ ਕਿਸੇ ਨਾਲ ਨਜਾਇਜ਼ ਵੀ ਕਰ ਲਓ, ਉਹ ਵੀ ਚੰਗੀ ਚੀਜ਼ ਨੇ। ਠੀਕ ਹੈ, ਅਗਲੇ ਤੋਂ ਰੇਟ ਲੈ ਕੇ ਉਹਨੂੰ ਕੁਆਲਿਟੀ ਉਹਨਾਂ ਦੇਈਏ, ਉਹ ਵੀ ਸਾਡੇ ਲਈ ਵਧੀਆ ਨਹੀਂ ਗਾ ਫਿਰ ਗੱਲ, ਅਤੇ ਆਪਾਂ ਨੂੰ ਵੀ ਬਚਦਾ ਰਹੇ ਬਚਦਾ ਰਹੇ। ਇਹ ਬਾਲਟੀ 'ਚ ਲੱਕੜ ਕੀ ਰੱਖਿਆ ਤੁਸੀਂ? ਇਹ ਜੀ ਉਹ ਭਿੰਡੀ ਆ ਕੁੱਟੀ ਹੋਈ ਆ ਵਿੱਚ, ਇਹਦੇ ਤੋਂ ਉਹਦਾ ਪਾਣੀ ਆ, ਇਹਦੇ 'ਚ ਪਾਵਾਂਗੇ, ਇੱਥੋਂ ਮੈਲ ਲਾਵਾਂਗੇ ਜੀ। ਠੀਕ ਹੈ, ਮੈਲ ਉੱਥੇ ਚਲੇ ਜੂਗੀ, ਮਤਲਬ ਭਿੰਡੀ ਹੈ ਇਹਦਾ ਮੇਲ ਕੱਢਣ ਦਾ ਕੰਮ ਕਰੂਗਾ। ਹਾਂਜੀ ਹਾਂਜੀ, ਇੱਥੋਂ ਰੋਹ ਆ ਜੂਗੀ, ਦੂਜੇ ਬੰਨੇ ਖੋਲੋ ਜੀ, ਇੱਥੋਂ ਰੋਹ ਆ ਜੂਗੀ, ਇਹਦੇ 'ਚ ਜੂਸ ਆ ਜੂਗਾ ਜੀ, ਜੂਸ ਆ ਜੂਗਾ, ਇਹਦੇ 'ਚ ਮੈਲ ਉਤਰ ਜੂਗੀ, ਇਹ ਸਾਫ਼ ਕਰ ਲਾਂਗੇ। ਠੀਕ ਹੈ, ਹੁਣ ਵੇਖੋ ਗੁੜ ਬਣ ਚੱਲਿਆ, ਆਹ ਜਿਹੜੀ ਸਾਰੀ ਉੱਥੇ ਲੈ ਜਾਵਾਂਗੇ ਜੀ। ਠੀਕ ਹੈ, ਠੀਕ ਹੈ, ਇਹਨੂੰ ਸਾਫ਼ ਕਰਕੇ ਇੱਥੇ ਲਿਆਵਾਂਗੇ, ਇੱਥੇ ਨਵੀਂ ਰੋਹ ਪਾ ਕੇ ਗਰਮ ਕਰ ਲਾਂਗੇ। ਹੁਣ ਆਪਾਂ ਗੱਲਬਾਤ ਕਰੀਏ ਬਾਈ ਸਿੱਧੀ ਗੁੜ ਦੀ ਹੈ, ਅਤੇ ਗੁੜ ਬੰਦਾ ਸਾਡੇ ਬਾਗੜੀ ਵੇਲੀ ਨਾ ਚਾਹ ਬਣਾਉਣੇ, ਚਾਹ ਦੇ ਸਕੂਨ ਹੁੰਦੇ ਹੈ। ਹਾਂ, ਅਤੇ ਉਹ ਗੁੜ ਦੀ ਹੋਵੇ ਨਾ ਤਾਂ ਫਿਰ ਥੋੜ੍ਹੀ ਗਾਢੀ ਹੁੰਦੀ ਹੈ, ਗਹਿਰੀ ਹੁੰਦੀ ਹੈ, ਅਤੇ ਕੜੀ ਵਾਂਗੂ ਹੁੰਦੀ ਹੈ, ਅਤੇ ਚਾਹ ਬਣ ਸਕਦੀ ਹੈ ਜੀ? ਬਹੁਤ ਵਧੀਆ, ਅੱਖਾਂ ਮੀਚ ਕੇ ਚਾਹ ਬਣਾਓ, ਜਿੰਨੇ ਮਰਜ਼ੀ ਵਾਲੇ ਦੇ ਲਿਓ। ਅਤੇ ਇਹਨੂੰ ਕਿੰਨਾ ਲੌਂਗ ਟਾਈਮ ਆਪਾਂ ਰੱਖ ਸਕਦੇ ਹਾਂ? ਜਿਵੇਂ ਮਰਜ਼ੀ ਰੱਖੋ ਜੀ, ਦਿੱਕਤ ਹੀ ਕੋਈ ਨਹੀਂ ਗੀ। ਸਾਲ 2 ਸਾਲ, 2 ਸਾਲ ਆਪਣੇ ਕੋਲ, 3 ਸਾਲ ਲਾਉਣਾ ਪਿਆ ਜੇ ਘਰੇ, ਇੱਥੇ ਆਪਣੇ 1-2 ਕਸਟਮਰ ਆ ਕਰਨਪੁਰ, ਉਹਨਾਂ ਕੋਲ ਵੀ ਪਿਆ। ਠੀਕ ਹੈ, ਹਾਂਜੀ। ਅਤੇ ਇੰਨਾ ਕਿੰਨੇ ਸਾਲ ਹੋ ਗਏ ਗੁੜ ਬਣਾਉਂਦੇ ਨੂੰ? 3 ਸਾਲ ਤਾਂ ਮੈਨੂੰ ਹੋ ਗਏ ਜਾਂਦੇ ਨੂੰ। 2018 ਤੋਂ ਚਾਲੂ ਕੀਤਾ ਹੈ ਜੀ ਗੁੜ ਬਣਾਉਣਾ ਜੀ। ਅਤੇ ਜੇ ਕੋਈ ਬੰਦਾ ਮੰਨ ਲਓ ਆਪਣੀ ਵੀਡੀਓ ਦੇਖ ਕੇ ਬਾਹਰੋਂ ਆਰਡਰ ਕਰਦਾ, ਜਿਵੇਂ ਕੋਈ ਮਹਾਰਾਸ਼ਟਰੋਂ ਆਰਡਰ ਕਰਦਾ, ਤਾਂ ਮਿਨੀਮਮ ਕਿੰਨਾ ਭੇਜ ਸਕਦੇ ਹੋ ਤੁਸੀਂ? ਵੇਖੋ ਜੀ, ਉਹਦੀ ਘੱਟੋ ਘੱਟ ਤਾਂ ਦੂਰ ਭੇਜਣਾ ਤਾਂ 20 ਕਿਲੋ ਦੀ ਪੈਕਿੰਗ 'ਤੇ ਜਾਵੇ ਨਾ ਜੀ। ਠੀਕ ਹੈ, ਹਾਂ ਬਈ, ਘੱਟ ਤੋਂ ਘੱਟ 20 ਕਿਲੋ ਆਰਡਰ ਹੋਣਾ ਚਾਹੀਦਾ, ਹੋਣਾ ਹੀ ਚਾਹੀਦਾ ਜੀ। ਜੇ ਬੰਦਾ ਮੰਨ ਲਓ ਫੋਨ ਕਰਕੇ ਆਪਾਂ ਨੂੰ ਕਹਿੰਦਾ ਬਾਈ ਮੈਨੂੰ 20 ਕਿਲੋ ਗੁੜ ਭੇਜ ਦਿਓ, ਫਿਰ ਪੇਮੈਂਟ ਦਾ ਕੀ ਪ੍ਰੋਸੈਸਿੰਗ ਰਹੂਗਾ? ਉਹਨਾਂ ਨੂੰ ਕਹਾਂਗੇ ਆਨਲਾਈਨ ਪਾ ਦੇਣ ਜੀ, ਅਤੇ ਆਪਾਂ ਇੱਧਰੋਂ ਗੁੜ ਭੇਜ ਦਾਂਗੇ, ਕੋਈ ਦਿੱਕਤ ਨਹੀਂ। ਠੀਕ ਹੈ, ਉਹਨੂੰ ਵੀ 100 ਰੁਪਏ ਕਿਲੋ ਹੈ, ਅਤੇ ਇੱਥੇ ਜਿਹੜਾ ਬੰਦਾ ਆ ਕੇ ਲੈ ਜੂਗਾ ਉਹਨੂੰ ਵੀ 100 ਰੁਪਏ ਆਪਣੇ ਕੋਲ ਦੁਕਾਨਦਾਰ ਵੀ ਆਉਂਦੇ, ਉਹ ਕਹਿੰਦੇ ਐਂ ਕਰੋ ਓਂ ਕਰੋ, ਅਸੀਂ ਵੇਚ ਦਾਂਗੇ, ਅਸੀਂ ਕਹਿੰਦੇ ਸਾਡਾ ਰੇਟ 1 ਹੀ ਰਹੂਗਾ ਸਾਰਿਆਂ ਨੂੰ। ਠੀਕ ਹੈ, ਇਹ ਨਹੀਂ ਵੀ ਤੁਹਾਨੂੰ ਅਸੀਂ ਘੱਟ ਦੇ ਦਈਏ ਤਾਂ ਡਾਇਰੈਕਟ ਕਸਟਮਰ ਨੂੰ ਹੋਰ ਦੇ ਦਈਏ, ਤੁਸੀਂ ਬਾਅਦ 'ਚ ਜਾ ਕੇ ਦੁਕਾਨ 'ਤੇ ਸਾਡੇ ਨਾਂ 'ਤੇ ਹੋਰ ਵੇਚੋਗੇ। ਠੀਕ ਹੈ, ਹਾਲਾਂਕਿ ਫਿਲਹਾਲ ਅਸੀਂ ਕਿਸੇ ਦੁਕਾਨ ਵਾਲੇ ਨੂੰ ਗੁੜ ਹੀ ਨਹੀਂ ਦੇ ਰਹੇ। ਹਾਂ, ਕਰਨਪੁਰ ਸਾਰਾ ਫਾਰਮਰ ਨੂੰ ਗੁੜ ਦੇ ਰਹੇ, ਕੋਈ ਦੁਕਾਨਦਾਰ ਨੂੰ ਗੁੜ ਨਹੀਂ ਦਿੰਦੇ। ਹੁਣ ਆਪਣੇ ਕੋਲੇ ਸਟੋਕ ਕਿੰਨਾ ਪਿਆ ਤੇ ਕਿੰਨੇ ਕੁਇੰਟਲ ਆਪਣੇ ਕੋਲੇ ਤਿਆਰ ਹੋ ਸਕਦੇ, ਕਿੰਨੇ ਕਿੱਲਿਆਂ 'ਚ ਆਪਾਂ ਲਾ ਰੱਖਿਆ ਹੁਣ ਬਾਈ? ਆਪਣੇ ਗੰਨਾ ਆ 10 ਕਿੱਲਿਆਂ 'ਚ। ਠੀਕ ਹੈ ਜੀ, ਡੇਲੀ 4 ਕੁਇੰਟਲ ਸਾਡੇ ਕੋਲ ਬਣਦਾ। ਉਹ ਜਿਵੇਂ ਮੰਨ ਲਓ ਵੀ ਜਿਹਦਾ ਨੰਬਰ ਆਇਆ ਹੁੰਦਾ ਉਹਨੂੰ ਅਸੀਂ ਫੋਨ ਕਰ ਦਿੰਦੇ, ਜਿਵੇਂ ਅੱਜ ਫੋਨ ਕਰਤਾ ਜੀ ਸਵੇਰੇ ਤੁਹਾਡਾ ਨੰਬਰ, ਤੁਸੀਂ ਆਪਦਾ ਗੁੜ ਲੈ ਜੀ। ਮਤਲਬ ਬੁਕਿੰਗ ਆ ਐਡਵਾਂਸ ਹੈ ਤੁਹਾਡੀ? ਐਡਵਾਂਸ ਬੁਕਿੰਗ ਰਹਿੰਦੀ ਉਸ ਹਿਸਾਬ ਨਾਲ। ਬਾਈ ਲੋਕੀ ਬੈਠੇ ਮਾਲ ਲੈ, ਰੋਡਾਂ 'ਤੇ ਬੈਠੇ, ਸੜਕਾਂ 'ਤੇ ਬੈਠੇ ਆ, ਸਾਡਾ ਮਾਲ ਲਓ, ਸਾਡਾ ਮਾਲ ਲਓ। ਤੁਸੀਂ ਇੱਕ ਤਾਂ ਔਨ ਰੋਡ ਤੋਂ 2 ਕਿਲੋਮੀਟਰ ਅੰਦਰ ਬੈਠੇ ਹੋ, ਅੰਦਰ ਬੈਠੇ, ਇੱਕ ਖੇਤ 'ਚ ਬੈਠੇ ਹੋ। ਹਾਂਜੀ ਹਾਂਜੀ, ਨਾ ਕੋਈ ਐਡਵਰਟਾਈਜ਼ਮੈਂਟ ਕਰਦੇ ਹੋ, ਨਾ ਕੋਈ ਬੋਰਡ ਬਾਰਡ ਲੱਗਿਆ ਕੁਛ, ਫਿਰ ਐਡਵਾਂਸ ਬੁਕਿੰਗ ਕਿਵੇਂ ਹੁੰਦੀ ਹੈ? ਵੀਰ ਜੀ ਵੇਖੋ, ਜਿਹੜਾ ਭੈਣ ਭਰਾ ਇੱਕ ਹੀ ਲੈ ਜਾਂਦਾ ਸਾਡੇ ਕੋਲ, ਹੁਣ ਤੁਸੀਂ ਜਿਵੇਂ ਇੱਕ ਹੀ ਲੈ ਗਏ, ਤੁਹਾਡੇ ਕੋਲ ਕੋਈ ਰਿਸ਼ਤੇਦਾਰ ਘਰੇ ਆਉਂਦਾ ਗੁੜ ਤਾਂ ਖੋਨੇ ਆ ਨਾ? ਖੋਨੀ ਆ, ਲੈ ਜਾਂਦੀ ਮੈਂ ਤਾਂ। ਹਾਂ, ਜਦੋਂ ਗੁੜ ਖਾਂਦੇ ਆ ਤੇ ਪੁੱਛਦਾ ਹੀ ਨਾ ਕਿੱਥੋਂ ਆਇਆ, ਤਾਂ ਉਹਦੇ ਨਾਲ ਸਾਡੀ ਡਿਮਾਂਡ ਹੋਰ ਵੱਧ ਰਹੀ ਹੈ। ਅਗਲਾ ਉਹ ਹੀ ਰਿਸ਼ਤੇਦਾਰ ਜਿਹੜਾ ਮੰਨ ਲਓ ਸਾਡੇ ਤੋਂ ਇੱਕ ਹੀ 10 ਕਿਲੋ ਲੈ ਕੇ ਗਿਆ, ਅਗਲੀ ਵਾਰੀ ਉਹਦਾ ਸਾਡੇ ਕੋਲ ਕੁਇੰਟਲ ਦਾ ਆਰਡਰ ਆਊਗਾ। ਵੱਧ ਕੇ ਆਉਂਦਾ ਇਹ ਨਹੀਂ ਬਾਈ, ਤਾਂ ਕਿਸੇ ਦਾ ਘੱਟ ਕੇ ਨਹੀਂ ਆਇਆ ਹਜੇ ਤੱਕ ਸਾਡੇ ਕੋਲ 2018 ਤੋਂ ਜਦੋਂ ਚੱਲੇ ਆ। ਇੱਕ ਮੈਨੂੰ ਹੋਰ ਗੱਲ ਦੱਸੋ ਤੁਸੀਂ, ਬਾਕੀ ਸਾਰਿਆਂ ਦਾ ਮੈਂ ਸਿਸਟਮ ਦੇਖਿਆ ਸਿਮਟਡ ਹੁੰਦਾ, ਤੁਹਾਡਾ ਲੱਕੜ ਦਾ ਕਈ ਕਾਰਨ ਦਾ?
लक्कड़ का यही वधिया रहूगा जी। पुराने बजुर्ग भी अपने लक्कड़ दे जी बनाउंदे सी, सीमेंट वाले च एक तो क्वालिटी वधिया नहीं बनती। ठीक है जी। दूजा जे उहदे च कई वारी की हुंदा, मान लो माड़ी पत्त भी निकल गई, जिन्हों आपां कहिंदे नरम पत्त निकल गई जां कच्चा माल निकल गया, उहदे च जम जू, लक्कड़ वाले च नहीं जमना। ठीक है। लक्कड़ ने सलोन गर्म हो गई जिन्हें जमना नहीं गया, जमना नहीं तां एक मैं जिहड़ा गुड़ खाधा, मतलब मैं हुण कोलू ते गया सी, उहदा यार भाई गुड़ चंगा स्वाद लग्गिया मैनू, ते उहदा ना जाड़ा ते चिपदा सीगा। यही तो चीज है जी, चिपना नहीं ना चाहिए, तो गुड़ की क्वालिटी हम तुम इतने दो पैसे खा लो। तो मैं पूछने जा रहा भी ये तो मतलब पुरबरा जा है, मिलावट कोई नहीं ना, ये तो मुलायम वाला है, वो चिबड़ जा सीगा भाई, ये मिलावट कोई नहीं, गुड़ च बहुत तरह के कैमिकल पैन लग गए, तुम सोच नहीं सकते। रंग पाई जाते हैं जी, बेकार जो जान की खंड पाई जाते हैं, बस नाम गुड़ का रह गया, सस्ता पा के हूँ 50 रुपये देता, 50 रुपये च की कट लोगे जी, मतलब वो गुड़ ठीक नहीं, फिर तो कहने का मतलब वो जो दांदा में चिपद अपने नहीं ठीक है, कमी की होंगी है, कमी उन्होंने मिलावट की है जी। ठीक है, मिलावट की है, मिलावट में तो फिर दिक्कत आऊगी ना, जी हम चाणी बनाई है खंड की पाई है, दिक्कत आनी है। यदा जो आप रो का कच्चे का पक्के का गल करिए, जो तुमने कहा भी पक्का है, वो कच्चा जो रो है वो इतने टाइट नहीं होना लक्कड़ से, हों नहीं जी, साढ़े तो आँदा ही नहीं, हूँ थोड़े सामने पत्त क्ढ़ी है ना, ये उत्ते वेखो इनू साडे पंजाबी जिहड़ा उत्ते आई जांदा ना जिन्ना चीज़ आ, हाँ इनू कण कहिंदे जिहड़ा गुड़ दे विच हुंदा। ठीक है, इनू कण कहिंदे आ जी, कण किहड़ी चीज़ हो गई, कण हो गई, आ वेखो आ चीज़ जिहड़ी विच चिट्टी आ जांदी सारा कण आ, इन्ने क्वालिटी मेनटेन रखनी तुहाडी। ठीक है, ये आम तुसीं जाके गुड़ वेखो लोकां दे, आ चीज़ नहीं हुंदी विच। ठीक है, हाँ जी, हुण जदों इनू रलाउणगे मिक्स करनगे तुहानू उदों ही पता लग जूगा, इहदे उत्ते बुलबुले जे उठणगे जी, ते इहदा उदों ही वधिया हो जाणा जी, मतलब पूरा पक्किया रो है, पक्किया रो है। तो मैं सारे दर्शकों ने गल कहना चाहना भी ऐसी फार्म की आप एक होर वीडियो बनाई है, वो वीडियो घट तो घट 20-25 मिनट लंबी होगी, चंगा इंटरव्यू लिया बाई नू, पूरा निचोड़ लिया नींबू वांगू, तो पूरी जे गलबात सुननी है बाई किवें खेती करता है, किवें ऑर्गेनिक गन्ना तैयार करता है, की कुछ पाँदा की कुछ नहीं पाँदा, सारी डिटेल नाल गलबात की है, जो वीडियो तुसी देखनी है तो थले डिस्क्रिप्शन से वीडियो का लिंक मिल जूगा, उत्ते क्लिक करके बाई की पूरी वीडियो देख सकते हो, वीडियो वह लंबी है, ये शॉर्ट वीडियो बनाई है ताकि तुम दोवें वीडियो देखो, तो बाई की जोड़ा नॉलेज है तुम भी लो, असी भी ले, धन्यवाद जी, सत श्री अकाल जी।